ਮੈਂ ਦੁਬਾਰਾ ਫੇਰ ਕਹਿਣਾਗਾ ਕਿ ਗਲਾਬੀ ਸੁੰਢੀ ਜੇਕਰ ਤੁਹਾਡੇ ਪੁੱਲਣਾ ਚ ਦਿਖਦੀ ਆ ਜੇਕਰ ਤੁਹਾਡੇ ਏਰੀਆ ਦੇ ਚ ਪਮੌਕੜ ਬਹੁਤ ਜ਼ਿਆਦਾ ਆ ਤਾਂ ਹੁਣੀ ਮੌਕਾ ਗਾ ਇਸ ਨੂੰ ਕੰਟਰੋਲ ਕਰਨ ਦਾ ਜੇਕਰ ਆਪਾਂ ਹੁਣ ਕੁਛ ਨਹੀਂ ਕੀਤਾ ਟੀਂਦੇ ਚ ਜਾਵੜੀ ਫੇਰ ਹੱਥ ਖੜੇ ਆ ਫੇਰ ਆਪਣੇ ਹੱਥੇ ਹੱਥ ਤੱਕ ਕੁਝ ਵੀ ਨਹੀਂ ਤੇ ਧਿਆਨ ਰਹੇ ਗਲਾਬੀ ਸੁੰਢੀ ਨੂੰ ਮਾਰ ਲਈ ਕੋਈ ਵੀ ਸਪਰੇ ਨਹੀਂ ਬਣੀ ਇਸ ਲਈ ਲਗਾਤਾਰ ਸਪਰੇ ਆਪਾਂ ਨੂੰ ਕਰਨੀ ਪਊਗੀ